ਨਮਸਕਾਰ ਮੈਂ ਸੰਦੀਪ ਕੌਰ ਗੌਰਮੈਂਟ ਅਧਾਰਸ਼ ਪ੍ਰਾਇਮਰੀ ਸਕੂਲ ਬਠਿੰਡਾ ਦੀ ਇੱਕ ਅਧਿਆਪਕ ਹਾਂ ਮੈਂ ਆਪਣੇ ਚੈਨਲ ਦੇ ਜ਼ਰੀਏ ਅੱਜ ਆਪਣੇ ਸਾਰੇ ਭੈਣਾਂ ਤੇ ਵੀਰਾਂ ਨੂੰ ਅਪੀਲ ਕਰਦੀ ਹਾਂ ਕਿ ਆਪਣੇ ਸਕੂਲ ਦੇ ਵਿੱਚ ਦਾਖਲਾ ਸ਼ੁਰੂ ਹੈ ਤੁਸੀਂ ਐਲ ਕੇ ਜੀ ਤੋਂ ਲੈ ਕੇ 12ਵੀਂ ਤੱਕ ਕਿਸੇ ਵੀ ਜਮਾਤ ਵਿੱਚ ਆਪਣੇ ਬੱਚੇ ਦਾ ਦਾਖਲਾ ਕਰਵਾ ਸਕਦੇ ਹੋ ਤੇ ਦਾਖਲਾ ਕਰਵਾਉਣ ਵਾਸਤੇ ਤੁਹਾਨੂੰ ਸਕੂਲ ਆਉਣ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਹੈ ਤੁਸੀਂ ਆਪਣੇ ਫੋਨ ਤੇ ਹੀ ਬੱਚੇ ਦਾ ਦਾਖਲਾ ਕਰਵਾ ਸਕਦੇ ਹੋ ਉਸ ਤੇ ਲਈ ਸਰਕਾਰ ਨੇ ਇੱਕ ਲਿੰਕ ਜਾਰੀ ਕੀਤਾ ਹੈ ਤੁਸੀਂ ਉਸ ਲਿੰਕ ਤੋਂ ਆਪਣੇ ਬੱਚੇ ਦਾ ਦਾਖਲਾ ਆਪਣੇ ਆਪ ਹੀ ਕਰਵਾ ਸਕਦੇ ਹੋ ਤੇ ਬੱਚੇ ਦੇ ਜਿਹੜੇ ਡਾਕੂਮੈਂਟਸ ਹਨ ਜਿਵੇਂ ਆਧਾਰ ਕਾਰਡ ਜਾਂ ਜਨਮ ਪੱਤਰੀ ਉਹ ਤੁਸੀਂ ਬਾਅਦ ਵਿੱਚ ਸਕੂਲ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਤੇ ਤੁਸੀਂ ਅੱਜ ਹੀ ਆਪਣਾ ਦਾਖਲਾ ਕਰਵਾਓ ਬੱਚੇ ਦਾ ਤਾਂ ਕਿ ਬੱਚੇ ਨੂੰ ਵਧੀਆ ਤੇ ਬਿਹਤਰ ਸਟੱਡੀ ਸਰਕਾਰੀ ਸਕੂਲ ਵਿੱਚ ਮਿਲ ਸਕੇ ਤੇ ਆਪਣਾ ਸਕੂਲ ਗਵਰਨਮੈਂਟ ਅਧਰ ਸਿਨੀਅਰ ਸੈਕੰਡਰੀ ਸਕੂਲ ਹੈ ਜਿਸ ਤਰ੍ਹਾਂ ਕੀ ਨਾਮ ਤੋਂ ਹੀ ਲੱਗਦਾ ਹੈ ਕਿ ਇਹ ਸੈਕੰਡਰੀ ਸਕੂਲ ਹੈ ਪਰ ਇਹ ਸਕੂਲ ਦੇ ਵਿੱਚ ਦੋ ਸ਼ਿਫਟਾਂ ਲੱਗਦੀਆਂ ਹਨ ਸਰਦੀਆਂ ਵਿੱਚ ਪ੍ਰਾਇਮਰੀ ਵਾਲੇ ਬੱਚਿਆਂ ਦੀਆਂ ਈਵਨਿੰਗ ਕਲਾਸਾਂ ਲੱਗਦੀਆਂ ਹਨ ਤੇ ਸੈਕੰਡਰੀ ਵਾਲਿਆਂ ਦੀ ਮਾਰਨਿੰਗ ਕਲਾਸਾਂ ਲੱਗਦੀਆਂ ਹਨ ਪਰ ਗਰਮੀਆਂ ਦੇ ਵਿੱਚ ਪ੍ਰਾਇਮਰੀ ਵਾਲੇ ਬੱਚਿਆਂ ਦੀਆਂ ਮਾਰਨਿੰਗ ਕਲਾਸਾਂ ਲੱਗਦੀਆਂ ਹਨ ਸਵੇਰੇ 7:00 ਤੋਂ ਲੈ ਕੇ 12:00 ਵਜੇ ਤੱਕ ਸੈਕੰਡਰੀ ਵਾਲਿਆਂ ਦੀਆਂ 12:30 ਤੋਂ 5:00 ਵਜੇ ਤੱਕ ਲੱਗਦੀਆਂ ਹਨ ਤਾਂ ਇਸ ਤਰ੍ਹਾਂ ਦੋ ਸ਼ਿਫਟਾਂ ਦੇ ਵਿੱਚ ਬੱਚੇ ਪੜਦੇ ਹਨ ਸਕੂਲ ਦੇ ਵਿੱਚ ਬੱਚੇ ਬੜੇ ਹੀ ਆਰਾਮ ਨਾਲ ਪੜਦੇ ਹਨ ਬਿਜਲੀ ਦਾ ਚੰਗਾ ਪ੍ਰਬੰਧ ਹੈ ਪਾਣੀ ਦਾ ਆਰੋ ਵਾਲੇ ਪਾਣੀ ਦਾ ਚੰਗਾ ਪ੍ਰਬੰਧ ਹੈ ਬੈਂਚਾਂ ਦਾ ਪ੍ਰਬੰਧ ਹੈ ਕਿਸੇ ਵੀ ਬੱਚੇ ਨੂੰ ਕੋਈ ਤਕਲੀਫ ਨਹੀਂ ਹੋਏਗੀ ਬੱਚਿਆਂ ਦੀ ਸਿਹਤ ਦਾ ਧਿਆਨ ਦੇਖ ਕੇ ਜਿਆਦਾ ਗਰਮੀ ਦੇ ਵਿੱਚ ਪ੍ਰਾਇਮਰੀ ਵਾਲੇ ਬੱਚਿਆਂ ਨੂੰ ਖਾਸ ਤੌਰ ਤੇ ਜਿਹੜਾ ਹੈ ਮਾਰਨਿੰਗ ਟਾਈਮ ਬਲਾਇਆ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਦੁਪਹਿਰ ਵੇਲੇ ਜਿਆਦਾ ਗਰਮੀ ਨਾ ਚਲਣੀ ਪਵੇ ਇਸੇ ਤਰ੍ਹਾਂ ਸਰਦੀਆਂ ਵਿੱਚ ਵੀ ਉਹਨਾਂ ਦਾ ਖਿਆਲ ਰੱਖਿਆ ਜਾਂਦਾ ਹੈ ਉਹਨਾਂ ਦੀਆਂ ਕਲਾਸਾਂ ਈਵਨਿੰਗ ਰੱਖੀਆਂ ਜਾਂਦੀਆਂ ਹਨ ਤਾਂ ਕਿ ਬੱਚੇ ਦੁਪਹਿਰ ਵੇਲੇ ਧੁੱਪ-ਧੁੱਪ ਵਿੱਚ ਆਉਣ ਤੇ ਉਹਨਾਂ ਨੂੰ ਠੰਡ ਨਾ ਲੱਗੇ। ਸਾਰੇ ਪੇਰੈਂਟਸ ਨੂੰ ਬੇਨਤੀ ਹੈ ਕਿ ਉਹ ਅੱਜ ਹੀ ਆਪਣੇ ਬੱਚੇ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਵਾਓ ਤੇ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਉਣ ਵਾਸਤੇ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਹੀ ਹੈ ਸਰਕਾਰ ਨੇ ਜਿਹੜਾ ਲਿੰਕ ਜਾਰੀ ਕੀਤਾ ਹੈ ਉਸ ਤੋਂ ਤੁਸੀਂ ਆਪਣੇ ਆਪ ਆਪਣੇ ਫੋਨ ਤੇ ਫਾਰਮ ਭਰ ਸਕਦੇ ਹੋ ਤੇ ਫਾਰਮ ਕਿੱਦਾਂ ਭਰਨਾ ਹੈ ਉਹ ਤੁਹਾਨੂੰ ਹੁਣ ਮੈਂ ਦੱਸਦੀ ਹਾਂ ਸਾਰੇ ਪਰੰਪਰਨ ਦੇ ਲਈ ਤੁਸੀਂ ਲਿੰਕ ਕਿਸੇ ਵੀ ਸਰਕਾਰੀ ਸਕੂਲ ਦੇ ਅਧਿਆਪਕ ਤੋਂ ਲੈ ਸਕਦੇ ਹੋ ਸਾਰੇ ਅਧਿਆਪਕਾਂ ਕੋਲੇ ਇਹ ਲਿੰਕ ਮੌਜੂਦ ਹੈ ਤੁਹਾਡੇ ਆਂਡ ਕਮਾਂਡ ਚ ਰਹਿੰਦੇ ਕਿਸੇ ਵੀ ਸਰਕਾਰੀ ਟੀਚਰ ਕੋਲ ਤੁਸੀਂ ਜਾ ਕੇ ਇਹ ਲਿੰਕ ਲੈ ਸਕਦੇ ਹੋ ਜਾਂ ਨਜ਼ਦੀਕੀ ਪਿੰਡੇ ਕਿਸੇ ਵੀ ਸਰਕਾਰੀ ਸਕੂਲ ਤੋਂ ਇਹ ਲਿੰਕ ਲੈ ਸਕਦੇ ਹੋ ਸਰਕਾਰ ਨੇ ਟੀਵੀ ਦੇ ਵਿੱਚ ਵੀ ਇਹ ਲਿੰਕ ਦੱਸਿਆ ਹੈ ਇਸ ਲਿੰਕ ਬਾਰੇ ਦੱਸਿਆ ਹੈ ਤੁਸੀਂ ਇਸ ਲਿੰਕ ਤੋਂ ਲਿੰਕ ਨੂੰ ਖੋਲੋ ਤੇ ਫਾਰਮ ਕਿਦਾਂ ਭਰਨਾ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦੀ ਹਾਂ ਆਓ ਭੈਣੋ ਤੇ ਵੀਰੋ ਆਪਾਂ ਸਿੱਖੀਏ ਇਹ ਲਿੰਕ ਖੋਲ ਕੇ ਬੱਚਿਆਂ ਦਾ ਦਾਖਲਾ ਕਿੱਦਾਂ ਕਰਵਾਉਣਾ ਹੈ ਤਾਂ ਲੋ ਜੀ ਅਸੀਂ ਹੁਣ ਫਾਰਮ ਭਰਦੇ ਹਾਂ ਦੇਖੋ ਲਿੰਕ ਆਪਾਂ ਕਿੱਦਾਂ ਖੋਲਦੇ ਹਾਂ ਲਿੰਕ ਜਿਹੜਾ ਤੁਹਾਡੇ ਫੋਨ ਦੇ ਵਿੱਚ ਮੌਜੂਦ ਹੈ ਉਸ ਨੂੰ ਕਲਿੱਕ ਕਰੋ ਕਲਿੱਕ ਕਰਕੇ ਤੁਹਾਡਾ ਫਾਰਮ ਹੈ ਜਿਹੜਾ ਇਸ ਤਰ੍ਹਾਂ ਦਾ ਖੁੱਲ ਜਾਏਗਾ ਤੁਸੀਂ ਹੁਣ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਭਰਦੇ ਹਾਂ ਇੱਥੇ ਲਿਖਿਆ ਹੋਇਆ ਹੈ ਸਕੂਲ ਬੱਚੇ ਦਾ ਨਾਮ ਸਟੂਡੈਂਟ ਨੇਮ ਤੁਸੀਂ ਇੱਥੇ ਬੱਚੇ ਦਾ ਨਾਮ ਭਰੋਗੇ ਮੰਨ ਲਓ ਤੁਹਾਡੇ ਬੱਚੇ ਦਾ ਨਾਮ ਅਰਸ਼ ਹੈ ਆਹ ਲੋ ਜੇ ਸੀ ਅਸ਼ਪਰਤਾ ਠੀਕ ਹੈ ਉਸ ਤੋਂ ਬਾਅਦ ਬੱਚੇ ਦੀ ਡੇਟ ਆਫ ਬਰਥ ਭਰਨੀ ਹੈ ਜਨਮ ਤਰੀਕ ਭਰਨੀ ਹੈ ਆ ਲਿਖਿਆ ਹੋਇਆ ਡੇਟ ਆਫ ਬਰਥ ਠੀਕ ਹੈ ਇੱਥੇ ਅਸੀਂ ਜਨਮ ਤਰੀਕ ਭਰਦੇ ਹਾਂ ਜਨਮ ਤਰੀਕ ਮੰਨ ਲਓ ਬੱਚੇ ਦਾ ਜਨਮ ਮੰਨ ਲਓ 12 ਤਰੀਕ ਨੂੰ ਹੋਇਆ ਆ ਲੋ ਜੀ 12 ਤਰੀਕ ਭਰਤੇ ਮੰਨ ਲਓ 5ਵੇਂ ਮਹੀਨੇ ਚ ਹੋਇਆ ਆ ਲੋ 5 ਭਰਤਾ ਠੀਕ ਹੈ 05 ਭਰਨਾ ਹੈ ਜੇਕਰ 4ਵੇਂ ਮਹੀਨੇ ਚ ਹੋਇਆ ਤਾਂ 04 ਭਰੋਗੇ 04 ਭਰੋਗੇ ਠੀਕ ਹੈ ਉਸ ਤੋਂ ਬਾਅਦ ਬੱਚੇ ਦਾ ਜਨਮ ਦਾ ਸਾਲ ਭਰਨਾ ਹੈ ਮੰਨ ਲਓ 2016 ਹੈ ਤਾਂ ਅਸੀਂ 2016 ਭਰਦੇ ਹਾਂ ਇਸ ਤਰ੍ਹਾਂ ਜਦੋਂ ਅਸੀਂ 2016 ਭਰਤਾ ਤਾਂ ਇਸ ਤਰ੍ਹਾਂ ਮਹੀਨਾ ਆਪਣੇ ਆਪ ਲਿਖਿਆ ਜਾਏਗਾ ਠੀਕ ਹੈ ਅਸੀਂ ਬੱਚੇ ਦੀ ਤਰੀਕ ਭਰਨੀ ਹੈ ਫਿਰ ਮਹੀਨਾ ਭਰਨਾ ਹੈ ਫਿਰ ਸਾਲ ਭਰਨਾ ਹੈ ਇਸ ਤਰ੍ਹਾਂ ਮਈ ਹੈ ਜਿਹੜਾ ਉਹ ਆਪਣੇ ਆਪ ਲਿਖਿਆ ਜਾਏਗਾ ਉਸ ਤੋਂ ਬਾਅਦ ਤੁਸੀਂ ਬੱਚੇ ਦਾ ਜੈਂਡਰ ਭਰਨਾ ਹੈ ਵੀ ਬੱਚਾ ਮੇਲ ਹੈ ਜਾਂ ਫੀਮੇਲ ਹੈ ਤਾਂ ਅਸੀਂ ਇੱਥੋਂ ਆਹ ਆਵਲੇ ਨਿਸ਼ਾਨ ਨੂੰ ਕਲਿੱਕ ਕਰਾਂਗੇ ਇੱਥੋਂ ਤਾਂ ਇਸ ਤਰ੍ਹਾਂ ਆ ਜਾਏਗਾ ਮੇਲ ਜਾਂ ਫੀਮੇਲ ਤੁਸੀਂ ਮੰਨ ਲਓ ਮੇਲ ਹੈ ਸ ਮੇਲ ਨੂੰ ਸਿਲੈਕਟ ਕਰਤਾ ਠੀਕ ਹੈ ਉਸ ਤੋਂ ਬਾਅਦ ਡਿਸਟ੍ਰਿਕਟ ਭਰਨਾ ਹੈ ਜ਼ਿਲ੍ਹਾ ਭਰਨਾ ਹੈ ਜ਼ਿਲ੍ਹਾ ਆਪਣਾ ਦੇਖੋ ਇਹਨਾਂ ਦੇ ਵਿੱਚੋਂ ਅਸੀਂ ਜ਼ਿਲ੍ਹਾ ਸਿਲੈਕਟ ਕਰਾਂਗੇ ਸਾਡਾ ਜ਼ਿਲ੍ਹਾ ਬਠਿੰਡਾ ਹੈ ਅਸੀਂ ਬਠਿੰਡਾ ਸਿਲੈਕਟ ਕਰਤਾ ਤਾਂ ਸਾਡਾ ਜਿਹੜਾ ਬਠਿੰਡਾ ਹੈ ਉਹ ਇੱਥੇ ਸਿਲੈਕਟ ਹੋ ਗਿਆ ਉਸ ਤੋਂ ਬਾਅਦ ਅਸੀਂ ਸਕੂਲ ਦਾ ਨਾਮ ਭਰਨਾ ਹੈ ਅਸੀਂ ਸਕੂਲ ਸਿਲੈਕਟ ਕਰਾਂਗੇ ਸਕੂਲ ਹਜੇ ਸਿਲੈਕਟ ਨਹੀਂ ਹੋਇਆ ਠੀਕ ਹੈ ਪਹਿਲਾਂ ਅਸੀਂ ਇਧਰੋਂ ਭਰਾਂਗੇ ਫਾਦਰ ਨੇਮ ਫਾਦਰ ਨੇਮ ਭਰ ਦਾਂਗੇ ਮੰਨ ਲਓ ਕੁਝ ਵੀ ਭਰ ਦੋ ਮੰਨ ਲਓ ਅਵਤਾਰ ਭਰਤਾ ਲਓ ਜੀ ਫਾਦਰ ਨੇਮ ਭਰਤਾ ਉਸ ਤੋਂ ਬਾਅਦ ਮੋਬਾਈਲ ਨੰਬਰ ਭਰਾਂਗੇ ਇੱਥੇ ਅਸੀਂ ਕੋਈ ਵੀ ਫੋਨ ਨੰਬਰ ਜਿਹੜਾ ਸਾਡਾ ਹੈਗਾ ਅਸੀਂ ਉਹ ਭਰ ਦਾਂਗੇ ਹਲੋ ਜੀ ਅਸੀਂ ਫੋਨ ਨੰਬਰ ਭਰਤਾ ਇਸ ਤੋਂ ਬਾਅਦ ਅਸੀਂ ਸੀਕਿੰਗ ਐਡਮਿਸ਼ਨ ਇਨ ਕਲਾਸ ਤੁਸੀਂ ਕਿਹੜੀ ਕਲਾਸ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਇਸ ਤਰ੍ਹਾਂ ਤੁਸੀਂ ਮੰਨ ਲੋ ਤੁਸੀਂ ਯੂਕੇਜੀ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਸੈਕੰਡ ਚ ਲੈਣਾ ਚਾਹੁੰਦੇ ਜਿਹੜੀ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਇਸ ਤਰ੍ਹਾਂ ਤੁਸੀਂ ਉਹਨੂੰ ਕਲਿੱਕ ਕਰ ਦਿਓ ਅਸੀਂ ਸੈਕੰਡ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਾਂ ਤਾਂ ਅਸੀਂ ਸੈਕੰਡ ਨੂੰ ਕਲਿੱਕ ਕਰ ਦਾਂਗੇ ਠੀਕ ਹੈ ਇਸ ਤੋਂ ਬਾਅਦ ਕੈਟਾਗਰੀ ਹੈ ਸਕੂਲ ਦੀ ਕੈਟਾਗਰੀ ਹੈ ਜੇ ਅਸੀਂ ਸੈਕੰਡ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਾਂ ਤਾਂ ਅਸੀਂ ਪ੍ਰਾਇਮਰੀ ਸਕੂਲ ਜਿਹੜਾ ਉਸੇ ਉਹ ਕਲਿੱਕ ਕਰਾਂਗੇ ਠੀਕ ਹੈ ਜੇ ਅਸੀਂ 8ਵੀਂ ਕਲਾਸ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਾਂ ਤਾਂ ਅਸੀਂ ਸਕੂਲ ਦੇਖਾਂਗੇ ਜੇਕਰ ਸਕੂਲ ਮੀਡਲ ਸਕੂਲ ਆ ਤਾਂ ਅਸੀਂ ਮੀਡਲ ਹਾਂ ਜੇਕਰ ਤੁਸੀਂ ਸਕੈਂਡਰੀ ਸਕੂਲ ਤੇ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੇਖੋ ਜੇਕਰ ਤੁਸੀਂ ਮੰਨ ਲਓ ਤੁਸੀਂ 9th ਕਲਾਸ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ 9th ਨੂੰ ਟਿਕ ਕਰਦੇ ਹੋਗੇ ਤਾਂ ਇਸ ਤਰ੍ਹਾਂ ਤੁਸੀਂ ਇੱਥੇ ਸਕੂਲ ਵੀ ਜਿਹੜਾ ਹੈਗਾ ਸਕੈਂਡਰੀ ਸਕੂਲ ਕਲਿੱਕ ਕਰੋਗੇ ਉਸ ਤੋਂ ਬਾਅਦ ਇੱਧਰ ਆਪਾਂ ਸਕੂਲ ਆ ਜਿਹੜਾ ਨਾਮ ਭਰਾਂਗੇ ਸਕੂਲ ਦਾ ਆ ਲਓ ਜੀ ਸਕੂਲ ਦਾ ਨਾਮ ਭਰਤਾ ਮੰਨ ਲਓ ਇੱਥੇ ਦੇਸ਼ਰਾਜ ਸਕੂਲ ਆ ਰਿਹਾ ਹੈ ਤਾਂ ਅਸੀਂ ਇਹਨੂੰ ਕਲਿੱਕ ਕਰਤਾ ਠੀਕ ਹੈ ਇਸ ਤਰ੍ਹਾਂ ਆ ਗਿਆ ਸਕੂਲ ਦਾ ਨਾਮ ਤੁਸੀਂ ਜਿਹੜਾ ਵੀ ਸਕੂਲ ਲੈਣਾ ਚਾਹੁੰਦੇ ਹੋ ਜ਼ਰੂਰੀ ਨਹੀਂ ਤੁਸੀਂ ਜਿਹੜਾ ਹੈਗਾ ਇੱਥੇ ਬਠਿੰਡਾ ਲਿਖਿਆ ਹੋਇਆ ਹੈ ਤੁਸੀਂ ਜਿਹੜੇ ਪਿੰਡੇ ਵਿੱਚ ਬੈਠੇ ਹੋ ਇੱਥੇ ਕੋਦਲ ਲਿਖਿਆ ਤੁਸੀਂ ਕੋਦਲ ਸਕੂਲ ਲੈਣਾ ਚਾਹੁੰਦੇ ਹੋ ਇਸ ਤਰ੍ਹਾਂ ਤੁਸੀਂ ਇਹ ਸਕੂਲ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਫਿਰ ਐਡਸ ਇਸ ਤੋਂ ਬਾਅਦ ਫਿਰ ਓਕੇ ਤੇ ਇਸ ਤਰ੍ਹਾਂ ਲਾਸਟ ਤੇ ਰਹਿ ਗਿਆ ਸਬਮਿਟ ਫਾਰਮ ਤੁਸੀਂ ਇਸ ਨੂੰ ਕਲਿੱਕ ਕਰੋਗੇ ਤਾਂ ਤੁਹਾਡਾ ਜਿਹੜਾ ਹੈਗਾ ਫਾਰਮ ਸਬਮਿਟ ਹੋ ਜਾਏਗਾ ਸਕੂਲ ਵਿੱਚ ਤੁਹਾਡੀ ਐਡਮਿਸ਼ਨ ਹੋ ਜਾਏਗੀ